ਸ਼ੂਟਿੰਗ ਬਹੁਤ ਐਕਸੀਡੈਂਟਲੀ ਮੇਰੀ ਜ਼ਿੰਦਗੀ ਦੇ ਵਿੱਚ ਆਈ ਤਾਂ ਕਰਨ ਸੇਖੋਂ ਹੈ ਸ਼ਾਟਗਨ ਸ਼ੂਟਰ ਤਾਂ ਉਹਨਾਂ ਨੇ ਮੈਨੂੰ ਸ਼ੂਟਿੰਗ 'ਚ ਇੰਟਰੋਡਿਊਸ ਕੀਤਾ। ਕਾਫੀ ਵਧੀਆ ਐਕਸਾਈਟਿੰਗ ਸਫ਼ਰ ਰਿਹਾ, ਕਿੱਥੋਂ ਕਦੇ ਸੋਚਿਆ ਨਹੀਂ ਸੀ ਇੰਟਰਨੈਸ਼ਨਲ ਦਾ, ਤਾਂ ਹੁਣ ਇੰਨੇ ਜ਼ਿਆਦਾ ਟ੍ਰਿਪਸ ਕਰ ਲਏ ਅਤੇ ਇੰਨੇ ਕੰਪੀਟੀਸ਼ਨਸ ਖੇਡ ਲਏ, ਇੰਨੇ ਨਵੇਂ ਨਵੇਂ ਲੋਕਾਂ ਨੂੰ ਮਿਲ ਲਏ, ਕਾਫੀ ਵਧੀਆ ਸਫ਼ਰ ਰਿਹਾ। ਮਿਹਨਤ ਕਰੋ, ਤਾਂ ਅਗਰ ਤੁਹਾਨੂੰ ਕਿਸੇ ਚੀਜ਼ ਦਾ ਵੀ ਸ਼ੌਂਕ ਹੈ ਜਾਂ ਤੁਸੀਂ ਕਿਸੇ ਚੀਜ਼ ਦੇ ਵਿੱਚ ਵੀ ਹੈਗੇ ਹੋ ਤਾਂ ਤੁਹਾਨੂੰ ਉਹਦੀ ਮਿਹਨਤ ਕਰਨੀ ਚਾਹੀਦੀ ਹੈ, ਤਾਂ ਹੌਲੀ ਹੌਲੀ ਫਿਰ ਆਪੇ ਹੀ ਤੁਸੀਂ ਕਹਿ ਲਓ ਕਿ ਮਿਹਨਤ ਕੰਮ ਆਉਂਦੀ ਹੈ ਐਟ ਦ ਐਂਡ। ਸ਼ੂਟਿੰਗ ਬਹੁਤ ਐਕਸੀਡੈਂਟਲੀ ਮੇਰੀ ਜ਼ਿੰਦਗੀ ਦੇ ਵਿੱਚ ਆਈ ਤਾਂ ਕਰਨ ਸੇਖੋਂ ਹੈ ਸ਼ਾਟਗਨ ਸ਼ੂਟਰ ਤਾਂ ਉਹਨਾਂ ਨੇ ਮੈਨੂੰ ਸ਼ੂਟਿੰਗ 'ਚ ਇੰਟਰੋਡਿਊਸ ਕੀਤਾ। ਹਾਂਜੀ, ਕਿਉਂਕਿ ਫਰੀਦਕੋਟ ਦੇ ਵਿੱਚ ਸ਼ੂਟਿੰਗ ਰੇਂਜਸ ਨਹੀਂ ਹੈ ਅਤੇ ਨਾ ਹੀ ਫਰੀਦਕੋਟ ਦੇ ਵਿੱਚ ਜ਼ਿਆਦਾ ਸ਼ੂਟਿੰਗ ਦਾ ਲੋਕਾਂ ਨੂੰ ਪਤਾ ਹੈ, ਤਾਂ ਕਰਕੇ ਫਿਰ ਪਾਪਾ ਨੇ ਸਾਰਾ ਘਰ ਹੀ ਕਰਤਾ ਕਿ ਵੀ ਐਟਲੀਸਟ ਮੈਂ ਟ੍ਰੇਨ ਕਰ ਸਕਦੀ ਹਾਂ ਜੋ ਮੈਂ ਘਰ ਹੁੰਦੀ ਹਾਂ। ਸਫ਼ਰ ਕਿਸ ਤਰ੍ਹਾਂ ਰਿਹਾ ਤੁਹਾਡਾ, ਕਿਸ ਤਰ੍ਹਾਂ? ਕਾਫੀ ਵਧੀਆ ਐਕਸਾਈਟਿੰਗ ਸਫ਼ਰ ਰਿਹਾ, ਕਿੱਥੋਂ ਕਦੇ ਸੋਚਿਆ ਨਹੀਂ ਸੀ ਇੰਟਰਨੈਸ਼ਨਲ ਦਾ, ਤਾਂ ਹੁਣ ਇੰਨੇ ਜ਼ਿਆਦਾ ਟ੍ਰਿਪਸ ਕਰ ਲਏ ਅਤੇ ਇੰਨੇ ਕੰਪੀਟੀਸ਼ਨਸ ਖੇਡ ਲਏ, ਇੰਨੇ ਨਵੇਂ ਨਵੇਂ ਲੋਕਾਂ ਨੂੰ ਮਿਲ ਲਏ, ਕਾਫੀ ਵਧੀਆ ਸਫ਼ਰ ਰਿਹਾ। ਨੈਸ਼ਨਲ ਔਰ ਇੰਟਰਨੈਸ਼ਨਲ ਵਰਲਡ ਲਈ ਕਿੰਨੇ ਗੋਲਡ ਜਿੱਤ ਚੁੱਕੇ ਹੋ? ਨੈਸ਼ਨਲ ਚੈਂਪੀਅਨ ਹਾਂ ਮੈਂ ਅਤੇ ਨੈਸ਼ਨਲ ਗੇਮਸ ਦੀ ਚੈਂਪੀਅਨ ਹੈ, ਅਤੇ ਹੁਣ ਰੀਸੈਂਟਲੀ ਜਿਵੇਂ ਏਸ਼ੀਅਨ ਗੇਮਸ ਦੇ ਵਿੱਚ ਗੋਲਡ ਹੈ, ਅਤੇ ਵਰਲਡ ਦੇ ਵਿੱਚ ਵੀ ਕਾਫੀ ਠੀਕ ਚੱਲ ਰਹੀ ਪਰਫੋਰਮੈਂਸ, ਅਤੇ ਹੌਲੀ ਹੌਲੀ ਹੋਰ ਜ਼ਿਆਦਾ ਅੱਛੇ ਹੋ ਚੁੱਕੇ। ਕਿੰਨੇ ਗੋਲਡ ਹੁਣ ਤੱਕ ਹਾਸਲ ਕਰ ਚੁੱਕੇ? 5 ਗੋਲਡ ਵਰਲਡ ਮੈਡਲਸ ਦੇ, ਮਤਲਬ ਟੋਟਲ ਆਊਟ ਆਫ ਇੰਡੀਆ ਵਰਲਡ ਦੇ 5 ਗੋਲਡ ਹੋ ਗਏ ਮੇਰੇ ਕੋਲ। ਇਸ ਤੋਂ ਅੱਗੇ ਕੀ ਸੋਚਿਆ? ਅਤੇ ਇਸ ਤੋਂ ਅੱਗੇ ਹੁਣ ਏਸ਼ੀਅਨ ਚੈਂਪੀਅਨਸ਼ਿਪ ਹੈ ਤਾਂ ਉਹਦੇ ਮੈਚ 'ਤੇ ਜ਼ਿਆਦਾ ਧਿਆਨ ਦਊਂਗੇ। ਹਾਂਜੀ, ਅਤੇ ਜਿਵੇਂ ਸਪੋਰਟਸ ਆਈ ਥਿੰਕ ਕਾਫੀ ਛੋਟੇ ਟਾਈਮ ਲਈ ਰਹਿੰਦਾ, ਤਾਂ ਹੁਣ ਮੈਂ ਕਾਫੀ ਐਥਲੀਟਸ ਦੇਖੇ ਆ ਜੋ ਪਹਿਲਾਂ ਟਾਈਮ ਤੁਸੀਂ ਕਿ ਵੀ ਉਹ ਸਪੋਰਟਸ ਦੇ ਰਾਹੀਂ ਉਹਨਾਂ ਨੂੰ ਜੋਬਸ ਦੀ ਕਾਫੀ ਹੈਲਪ ਹੁੰਦੀ ਹੈ, ਤਾਂ ਹੈ ਕਿ ਵੀ ਮੈਨੂੰ ਵੀ ਕਿਤੇ ਨਾ ਕਿਤੇ ਕਿ ਪੰਜਾਬ ਸਰਕਾਰ ਕੁਛ ਨਾ ਕੁਛ ਕਰੂਗੀ, ਤਾਂ ਐਟ ਦ ਐਂਡ ਤੁਸੀਂ ਕਹਿ ਲਓ ਕਿ ਹਿਊਮਨ ਵਾਸਤੇ ਜੋਬ ਹੀ ਹੈ ਜੋ ਆਪਾਂ ਕਹਿ ਲੈਂਦੇ ਕਿ ਸਿਕਿਓਰ ਚੀਜ਼ ਹੈ, ਅਤੇ ਐਮ ਬੀ ਬੀ ਐਸ ਛੱਡੀ ਹੈ ਤਾਂ ਹੋਪਫੁਲੀ ਦੇਖਦੇ ਹਾਂ ਕਿ ਵੀ ਕੁਛ ਮਿਲੂਗਾ ਜੋਬ ਅੱਛੀ। ਕਿਉਂਕਿ ਐਮ ਬੀ ਬੀ ਐਸ ਕੋਲੇਜ ਵਾਲਿਆਂ ਨੇ ਜ਼ਿਆਦਾ ਕੋਈ ਸਪੋਰਟ ਨਹੀਂ ਕੀਤੀ ਅਟੈਂਡੈਂਸ ਦਾ, ਉਹਨਾਂ ਨੇ ਕਾਫੀ ਮੇਰੇ ਨਾਲ ਰੌਲਾ ਰੱਖਿਆ, ਤਾਂ ਕਰਕੇ ਫਿਰ ਵਾਰ ਵਾਰ ਸਾਲ ਵੇਸਟ ਕਰਨ ਤੋਂ ਚੰਗਾ ਕਿ ਹੁਣ ਗੇਮ ਅਗਰ ਮੇਰੀ ਅੱਛੀ ਚੱਲ ਰਹੀ ਹੈ ਤਾਂ ਫਿਰ ਉਸ ਸਾਈਡ ਨੂੰ ਮੈਂ ਜਾ ਕੇ, ਕਿਉਂਕਿ ਐਥਲੀਟਸ ਨੂੰ ਕਾਫੀ ਮੈਂ ਦੇਖਿਆ ਬੈਨੀਫਿਸ਼ੀਅਲ ਹੁੰਦੇ ਆ, ਅਤੇ ਅਗਰ ਮੈਂ ਅੱਛਾ ਪਰਫੋਰਮ ਕਰ ਰਹੀ ਹਾਂ ਤਾਂ ਪੰਜਾਬ ਸਰਕਾਰ ਕੁਛ ਨਾ ਕੁਛ ਕਰੂ। ਗਜ਼ਟਡ ਆਫਿਸਰ ਆਈ ਥਿੰਕ, ਕਿਉਂਕਿ ਮੈਨੂੰ ਕਾਫੀ ਜ਼ਿਆਦਾ ਸ਼ੌਂਕ ਹੈ ਇਹਨਾਂ ਚੀਜ਼ਾਂ ਸਿਵਲ ਸਰਵਿਸਿਜ਼ ਦਾ, ਤਾਂ ਫਿਰ ਉਸ ਸਾਈਡ ਨੂੰ ਕਿ ਵੀ ਮਿਹਨਤ ਕਰੋ, ਤਾਂ ਅਗਰ ਤੁਹਾਨੂੰ ਕਿਸੇ ਚੀਜ਼ ਦਾ ਵੀ ਸ਼ੌਂਕ ਹੈ ਜਾਂ ਤੁਸੀਂ ਕਿਸੇ ਚੀਜ਼ ਦੇ ਵਿੱਚ ਵੀ ਹੈਗੇ ਹੋ ਤਾਂ ਤੁਹਾਨੂੰ ਉਹਦੀ ਮਿਹਨਤ ਕਰਨੀ ਚਾਹੀਦੀ ਹੈ, ਤਾਂ ਹੌਲੀ ਹੌਲੀ ਫਿਰ ਆਪੇ ਹੀ ਤੁਸੀਂ ਕਹਿ ਲਓ ਕਿ ਮਿਹਨਤ ਕੰਮ ਆਉਂਦੀ ਹੈ ਐਟ ਦ ਐਂਡ। ਕਰਮ ਵਾਲਾ ਦਿਨ ਹੈ ਜੀ, ਆਪਣੇ ਪਰਿਵਾਰ ਵਾਸਤੇ, ਸਾਡੇ ਵਾਸਤੇ ਹੈ ਹੀ ਹੈ, ਆਪਣੇ ਸ਼ਹਿਰ ਵਾਸਤੇ, ਪੰਜਾਬ ਵਾਸਤੇ, ਹਿੰਦੁਸਤਾਨ ਵਾਸਤੇ, ਕਿਉਂਕਿ ਰਾਈਫਲ 'ਚ ਇੰਡੀਵਿਜੁਅਲ ਮੈਡਲ, ਪਹਿਲਾ ਇੰਡੀਵਿਜੁਅਲ ਮੈਡਲ ਹੈ 50 ਮੀਟਰ 'ਚ ਲੜਕੀਆਂ ਦਾ, ਜਿਹੜਾ ਇੰਡੀਵਿਜੁਅਲ ਮੈਡਲ ਹੈ, ਵਰਲਡ ਕੱਪ ਰਿਕਾਰਡ ਬਣਿਆ ਜੀ, ਏਸ਼ੀਅਨ ਰਿਕਾਰਡ ਬਣਿਆ, ਬੜਾ ਮਾਣ ਵਾਲੀ ਗੱਲ ਹੈ ਜੀ। ਇਹ ਜੀ ਸ਼ੂਟਿੰਗ ਜੋ ਸਟਾਰਟ ਕਰਾਈ ਹੈ, ਮੈਨੂੰ ਸਾਰੇ ਕਹਿੰਦੇ ਸੀ ਤੂੰ ਲੋਕਾਂ ਦੀਆਂ ਗੱਲਾਂ 'ਚ ਆ ਜਾਂਦਾ, ਸ਼ੂਟਿੰਗ ਮੈਨੂੰ ਲੱਗਦਾ ਵੀ ਇਹਨੂੰ ਕਿਸਮਤ ਲੈ ਕੇ ਗਈ ਹੈ, ਕਿਉਂਕਿ ਸ਼ੂਟਿੰਗ ਦਾ ਆਪਣੇ ਫਰੀਦਕੋਟ 'ਚ ਨੇੜੇ ਤੇੜੇ ਵੀ ਕੋਈ ਵਾਹ ਵਾਸਤਾ ਨਹੀਂ ਸੀ ਕਿਸੇ ਨਾਲ, ਕੋਈ ਬੱਚਾ ਨਹੀਂ ਸੀ, ਕੋਈ ਸਿਸਟਮ ਨਹੀਂ ਸੀ। ਸਟਾਰਟਿੰਗ 'ਚ ਜਦੋਂ ਸ਼ੂਟਿੰਗ ਗੇਮ ਸ਼ੁਰੂ ਕੀਤੀ ਹੈ, ਡਿਸਟ੍ਰਿਕਟ ਖੇਡੀ ਹੈ, ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਵਿੱਚ ਕਿੱਟ ਵੀ ਹੁੰਦੀ ਹੈ, ਅਤੇ ਮੈਨੂੰ ਲੱਗਦਾ ਇਹ ਪਰਮਾਤਮਾ ਹੀ ਲੈ ਕੇ ਗਿਆ ਇਸ ਪਾਸੇ, ਜਾਂ ਇਹਦੀ ਕਿਸਮਤ ਲੈ ਗਈ ਹੈ। ਬੇਟੀ ਦਾ ਸੁਪਨਾ ਪੂਰਾ ਕਰਨਾ ਵੀ ਨਾਲ ਇੱਕ ਮਜਬੂਰੀ ਵੀ ਸੀ ਜੀ, ਕਿਉਂਕਿ ਆਪਣੇ ਏਰੀਏ 'ਚ ਹੈ ਹੀ ਨਹੀਂ ਸੀ, ਸਾਨੂੰ ਬਾਹਰ ਬਹੁਤ ਦੂਰ ਦੂਰ ਜਾਣਾ ਪੈਂਦਾ ਸੀ, ਅਤੇ ਰੋਜ਼ ਦੂਰ ਘਰੋਂ ਜਾਣਾ ਤਾਂ ਬਹੁਤ ਔਖਾ ਸੀ, ਕਿਉਂਕਿ ਹੁਣ ਨਵੀਂ ਗੌਰਮੈਂਟ ਜੋ ਆਉਂਦੀ ਪਿਛਲੇ 5-7 ਸਾਲ ਤੋਂ ਸੈਂਟਰ ਗੌਰਮੈਂਟ ਨੇ ਸਾਈ ਦੀਆਂ ਸਾਰੀਆਂ ਅਕੈਡਮੀਆਂ ਫ੍ਰੀ ਆਫ ਕੋਸਟ ਕਰਤੀਆਂ। ਪਹਿਲਾਂ ਚਾਹ ਕੇ ਵੀ ਅਸੀਂ ਦਿੱਲੀ ਜਾਂਦੇ, ਕਈ ਵਾਰੀ ਸਾਨੂੰ ਉੱਥੇ ਪ੍ਰੈਕਟਿਸ ਨਹੀਂ ਮਿਲਦੀ ਸੀ, ਕਿਉਂਕਿ ਲੇਨਸ ਆਕੂਪਾਈ ਹੁੰਦੀਆਂ ਸੀ। ਹੁਣ ਜੋ ਖੇਲੋ ਇੰਡੀਆ 'ਚ ਆਈ ਹੈ, ਉਹਦੇ ਕਰਕੇ ਉੱਥੇ ਇਹਨੂੰ ਲੇਨ ਦੀ ਉਹ ਸਮੱਸਿਆਵਾਂ ਦੂਰ ਹੋ ਗਈਆਂ, ਰਹਿਣ ਦੀ ਉੱਥੇ, ਖਾਣ ਪੀਣ ਦੀ, ਸੇਫਟੀ ਸਿਕਿਉਰਿਟੀ ਦੀ, ਬਹੁਤ ਵਧੀਆ ਹੋਸਟਲ ਹੈ, ਖਾਣ ਪੀਣ ਦੀ ਬਹੁਤ ਵਧੀਆ ਫੂਡ ਹੈ, ਹਰ ਤਰ੍ਹਾਂ ਦੀ ਫੈਸਿਲਿਟੀ ਉੱਥੇ ਸੈਂਟਰਲ ਗੌਰਮੈਂਟ ਨੂੰ ਪ੍ਰੋਵਾਈਡ ਹੋ ਗਈ, ਉਹਦੇ ਕਰਕੇ ਥੋੜ੍ਹਾ ਜਿਹਾ ਰਿਜ਼ਲਟ ਬੈਟਰ ਹੋਇਆ। ਐਮ ਬੀ ਬੀ ਐਸ ਡ੍ਰੀਮ ਪ੍ਰੋਜੈਕਟ ਸੀ ਜੀ ਜ਼ਿੰਦਗੀ ਦੇ, ਜਦੋਂ ਹਰ ਮਾਪਿਆਂ ਦਾ ਹੁੰਦਾ ਵੀ ਬੇਟੀ ਦਾ ਤਾਂ ਇਹ ਹੁੰਦਾ ਹੀ ਹੈ ਵੀ ਇੰਡੀਪੈਂਡੈਂਟ ਆਪਦੇ ਪੈਰਾਂ ਸਿਰ ਖੜੀ ਹੋ ਜਾਵੇ, ਅਤੇ ਅੱਜ ਦੀ ਡੇਟ ਮੈਨੂੰ ਲੱਗਦਾ ਵੀ ਸਾਰਿਆਂ ਨਾਲੋਂ ਵਧੀਆ ਬੇਟੀਆਂ ਬੱਚਿਆਂ ਵਾਸਤੇ, ਜੇ ਡਾਕਟਰੀ ਲਾਈਨ ਆਪਾਂ ਵਧੀਆ ਵਧੀਆ ਲਾਈਨਾਂ 'ਚ ਕਹਿੰਦੇ ਹਾਂ,
मिल गई सी, बहुत खुशी, एडा वड्डा खुशी वाला दिन वो सी जो MBBS मिली जी, तो वही फरीदकोट गवर्नमेंट सीट आपके वॉकिंग डिस्टेंस साढ़े घर तो मिल गई जी, ऐ लगता जी बहुत कुछ मिल गया, पर सानू साल बाद छड़नी पई, साल भी पूरा नहीं होया पहले ही छड़नी पई क्योंकि 0% कोऑपरेट होए जी। असी एक डाकूमेंट लैन वास्ते सानू मैनू लगता भी यूनिवर्सिटी का पहला बच्चा होगा जरा वर्ल्ड यूनिवर्सिटी चो मैडल लेके आऊगा, तो वो मैनू याद है भोपाल जाना तो बेंगलोर जाना सी, एक सर्टिफिकेट लेना सी एज ए मैनेजर का, भी मैं उन्होंने कहा जाता तुम मैनेजर भेजो आपका भी उत्थे डॉक्यूमेंट सबमिट कराने दे मेरे, कहिंदे जी साडी यूनिवर्सिटी च ट्रेंड है नहीं, मैं कहा फिर मैनू दे दो भी मैं एज ए पेरेंट्स मैनू अथॉरिटी दे दो मैं डॉक्यूमेंट सबमिट करा सकता एज ए मैनेजर, मैनू वो सर्टिफिकेट लैन वास्ते इहदा चौधरी अंकल सी उन्होंने रिक्वेस्ट की मैनू एक हफ्ता वह सिर्फ इन्ना डाकूमेंट लैन वास्ते भी पावर ऑफ अटॉर्नी दे दो भी मैं डाकू मैनू कहिंदे जे तुसी ना गए जी, मैं क्या फिर तुसी आपदा बंदा भेजो, वो सर्टिफिकेट लैन वास्ते कहना कोऑपरेशन इन्नी जीरो लैवल सी भी वो सर्टिफिकेट लैन मैनू पूरा एक हफ्ता लग्या, वह भी बहुत औखा मिले क्योंकि कोई जिम्मेवारी लैन है ही नहीं रेडी नहीं भी मैं जिम्मेवारी है भी बच्चे का नुकसान हों हो जाए मैं कोई बोदर नहीं। सरकारां वालों कोई सपोर्ट मिली बच्चे? मान सरकार ने जी नवी पॉलिसी 8 लाख रुपया एशियन तैयारी का सी आपां नूं दित्ता, उहदे नाल बहुत बच्चे नूं हौसला मिलता है, हौसले नाल बच्चे नूं जे माँ प्यो भी बच्चे की शाम नूं शाबाश दिंदे ना बच्चा हौसले च होर पाईदा है, ते उहदे नाल बहुत हौसला मिलिया, बहुत उम्मीदां है भी मान सरकार तो हर बच्चे नूं हुंदियां जी, जिवें सिफ दा रोल मॉडल सी अवनीत कौर सिद्धू जी उन्होंने देखती सी इनू ए लगता है मैनू तो भी मैनू भी हुण मिलना चाहिए डिजर्व करती हूँ मैं हुण मेरा मैडल है ओलंपिक क्वालीफाई की है ओलंपिक कोटा लेके आई है एशियन चैंपियन बनी है वर्ल्ड रिकॉर्ड ना बनी है जी, पहला तो यही सी जी MBBS डॉक्टर बने वो चलो खत्म हो गया, हुण मैनू यही सुपना है जी भी जिवें उस लैवल दी कल नूं बच्चे नूं ए ना लगे भी मैं जिंदगी दी सब नूं वड्डी गलती सी ये मैडल कंधा से जिमें आप बहुत बारी सुने मैडल कंधा तो टंगे रह गए वो ना रह जान बच्ची ये रुतबे के हिसाब न जिन्ना क दूजियां मिले है ना, आप नहीं कहते भी जो मैडल हर बच्चे का भी उ भी जेडे उन्होंने उस लैवल के बच्चों मिले मैं जॉब वो जी जॉब सूँ मिले।